ਸੂਰਜ ਪ੍ਰਕਾਸ਼ ਗ੍ਰੰਥ 'ਚ ਲਿਖਿਆ ਰੌਲਾ ਨਹੀਂ ਪੈਂਦਾ ਸੂਰਜ ਪ੍ਰਕਾਸ਼ ਗ੍ਰੰਥ ਦਾ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਸਰੀਰ ਛੱਡਣ ਲੱਗੇ, ਸੁਣਿਓ, ਗੁਰੂ ਨਾਨਕ ਪਾਤਸ਼ਾਹ ਸਰੀਰ ਛੱਡਣ ਲੱਗੇ, ਉਹਨਾਂ ਦੇ ਘਰੋਂ ਬੀਬੀ ਨੇ ਕਿਹਾ ਵੀ ਮਹਾਰਾਜ ਸਰਾਧ ਚੱਲਦੇ ਆ, ਗੁਰੂ ਸਾਹਿਬ ਜੀ ਸਰਾਧ ਚੱਲਦੇ ਆ ਤੇ ਆਪਣੇ ਪਿਤਾ ਦਾ ਸਰਾਧ ਪਾ ਕੇ ਜਾਇਓ, ਐ ਨਾ ਜਾਓ। ਕਹਿੰਦੇ ਗੁਰੂ ਸਾਹਿਬ ਫਿਰ ਜਿਉਂਦੇ ਹੋ ਗਏ, ਸਰੀਰ ਚ ਆ ਗਿਆ। ਅਗਲੇ ਦਿਨ ਆਪਣੇ ਪਿਤਾ ਦਾ ਸਰਾਧ ਪਾਇਆ, ਫਿਰ ਸਰੀਰ ਛੱਡਿਆ। ਹੁਣ ਸਰਾਧ ਪਾਉਣਾ ਸਿੱਖਾਂ ਦੀ ਮਰਿਆਦਾ ਹੈ? ਬੋਲੋ ਨਹੀਂ। ਅਗਲੇ ਉਹਨਾਂ ਨੂੰ ਖਵਾਉਂਦੇ ਆ ਸਰਾਧਾਂ ਵਾਲਿਆਂ ਨੂੰ, ਤੇ ਸਾਡੇ ਵਾਲੇ ਕਈ ਤੇ ਹੈ ਨੇ ਜਿਹੜੇ ਪਾ ਕਹਿੰਦੇ ਚਲੋ ਆਪਾਂ ਪੰਜ ਭਾਈਆਂ ਨੂੰ ਸਾਡੇ ਕੰਮ ਉਹੀ ਕਰਨਾ ਹੈ। ਭੰਡਾ ਭੰਡਾਰੀ ਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲਾ ਦੂਜੀ ਤਿਆਰ। ਸਾਡੇ ਵਾਲਿਆਂ ਨੇ ਨਾ ਬੋਦੀਆਂ ਵਾਲੇ ਲਾਹ ਤੇ ਕਸ਼ਹਿਰੇ ਵਾਲੇ ਬਾ ਲਏ ਇਧਰਲੇ ਪਾਸੇ, ਕੰਮ ਸੇਮ ਹੀ ਕਰਾਂਗੇ ਅਸੀਂ, ਕਰਨਾ ਸਾਰਾ ਕੁਝ ਉਹੀ ਹੈ ਜਿਹੜੇ ਅਗਲੇ ਕਰਦੇ ਸੀ। ਕਹਿੰਦੇ ਹੌਲੇ ਹੋ ਗਏ ਹੌਲੇ ਹੋ ਗਏ, ਉਹ ਇੱਧਰ ਵਾਲੇ ਮੋਢੇ ਤੋਂ ਲਾ ਕੇ ਤੇ ਇੱਧਰ ਵਾਲੇ ਤੇ ਰੱਖ ਲਿਆ, ਹੌਲਾ ਸਵਾਹ ਹੋ ਗਿਆ। ਭਾਰ ਤੇ ਉਨਾ ਹੀ ਹੈ, ਕੀ ਹੌਲੇ ਹੋ ਗਏ। ਇਤਿਹਾਸ ਕਹਿੰਦਾ ਸਰਾਧ ਪਾਇਆ ਗੁਰੂ ਨਾਨਕ ਦਾ, ਤੇ ਗੁਰਬਾਣੀ ਕੀ ਕਹਿੰਦੀ ਹੈ ਲੱਪੜੋ ਸੁਣੋ, ਜੀਵਤ ਪਿੱਤਰ ਨਾ ਮਾਨੈ ਕਉ ਮੂਏ ਸਰਾਧ ਕਰਾਹੀ। ਕਹਿੰਦੇ ਜਿਉਂਦਿਆਂ ਨੂੰ ਪੁੱਛਦੇ ਨਹੀਂ ਮਰਨ ਤੋਂ ਬਾਅਦ ਸਰਾਧ ਕਰਾਉਂਦੇ ਹੋ, ਝੂਠ ਬੋਲਦਾ ਭਾਈ, ਅੱਗੇ ਕਿਤੇ ਜਾਂਦਾ ਕਿਤੇ ਨਹੀਂ ਜਾਂਦਾ, ਅੱਗੇ ਅੱਗੇ ਕਿਤੇ ਅੱਗੇ ਮਰਨ ਵਾਲਿਆਂ ਤੱਕ ਪਹੁੰਚ ਜਾਂਦਾ ਹੈ, ਸਾਰਾ ਕੁਝ ਇੱਥੇ ਹੀ ਪਿਆ ਰਹਿੰਦਾ, ਝੂਠ ਬੋਲਦੇ ਹੋ। ਹੁਣ ਸਾਡੇ ਵਾਲੇ ਆਪਣੇ ਮਰਨ ਤੋਂ ਬਾਅਦ ਮੰਜਾ ਬਿਸਤਰਾ ਦਿੰਦੇ ਕਿ ਨਹੀਂ ਦਿੰਦੇ, ਬੋਲੋ ਕੱਜ ਕੱਜ, ਤੇ ਜਦ ਜਾ ਕੇ ਵੇਖ ਲਿਓ ਸਾਡੇ ਵਰਗੀ ਲਿਟਦੇ ਹੁੰਦੇ ਨੇ ਕਿ ਬਾਪੂ ਤੱਕ ਪਹੁੰਚਿਆ ਹੁੰਦਾ ਕਿਤੇ। ਆ ਜਿਹੜੀਆਂ ਰੋਟੀਆਂ ਦੇ ਕੇ ਜਾਂਦੇ ਹੋ ਅਸੀਂ ਖਾਂਦੇ ਹਾਂ ਅਸੀਂ, ਤੇ ਤੁਸੀਂ ਸਿੱਧਾ ਕਹਿ ਦਿਓ ਭਾਂਡੇ ਚਾਹੀਦੇ ਆ, ਮਰੇ ਦੇ ਨਾਂ ਦੀਆਂ ਮੰਗਦੇ ਹੋ, ਭਾਂਡੇ ਗੁਰਦੁਆਰੇ ਚਾਹੀਦੇ ਆ ਜੀ ਭਾਂਡੇ ਦੇ ਦਿਓ, ਮੰਜਾ ਚਾਹੀਦਾ ਜੀ ਦੇ ਦਿਓ, ਬਿਸਤਰੇ ਚਾਹੀਦੇ ਆ ਪੰਜ ਦਿਓ, ਇੱਕ ਇੱਕ ਘਰੋਂ ਦੋ ਦੋ ਬਿਸਤਰੇ ਸਾਰੇ ਪਿੰਡ ਨੂੰ ਲਾ ਦਿਓ, 100 ਘਰ ਹੈ, 200 ਬਿਸਤਰਾ ਗੁਰਦੁਆਰੇ ਸਾਂਭ ਕੇ ਰੱਖੋ, ਮਰਿਆਂ ਦੇ ਨਾਂ ਤੇ ਜ਼ਰੂਰੀ ਇਕੱਠੇ ਕਰਨੇ ਆ, ਪਰ ਕੰਮ ਸੇਮ ਕਰਨਾ ਹੈ, ਮਰਿਆਂ ਦੇ ਨਾਂ ਤੇ ਜ਼ਿਆਦਾ ਚੱਲਦਾ। ਅਗਲੇ 10 ਮਹੀਨਿਆਂ ਬਾਅਦ, ਉਹ 10 ਮਹੀਨਿਆਂ ਬਾਅਦ ਕਹਿੰਦੇ ਹੁਣ ਪਹੁੰਚੂ, ਫਿਰ ਆ ਜਾਂਦਾ ਮਰਨ ਤੋਂ ਬਾਅਦ, ਕਹਿੰਦੇ ਵਰੀਣਾ ਕਰਾਂਗੇ। ਸਾਡੇ ਵਾਲੇ ਕਹਿੰਦੇ ਉਹ ਆਪਣਾ ਕਰਦਾ ਸੀ, ਸਾਡਾ ਬਾਣੀ ਵਾਲਾ ਪਾਠ ਕਰਨ ਲੱਗ ਗਏ, ਕਰਨਾ ਸੇਮ ਹੀ ਹੈ ਸਾਰਾ ਕੁਝ, ਤਕਵੰਜ ਸੇਮ ਹੀ ਹੈ, ਧਰਮ ਬਣ ਗਿਆ ਧੰਦਾ, ਧਰਮ ਬਣ ਗਿਆ ਧੰਦਾ। ਵੇਖੋ ਜਰਾ ਬਾਣੀ ਪੜ੍ਹ ਕੇ ਗੁਰੂ ਸਾਹਿਬ ਕੀ ਕਹਿੰਦੇ ਆ, ਤੇ ਜੇ ਕਿਤੇ ਆਹ ਗੱਲਾਂ ਗੁਰਬਾਣੀ ਦੀਆਂ ਨੌਜਵਾਨਾਂ ਨੇ ਸੁਣੀਆਂ ਹੋਣ, ਦਿਮਾਗ ਖੁੱਲ ਜੇ। ਅਗਲਾ ਕਹਿੰਦਾ ਉਹ ਜਿਵੇਂ ਉਹ ਕਹਿੰਦਾ ਮੈਂ ਤੇ ਆਪਣੇ ਬੁੜੇ ਦਾ ਸਰਾਧ ਕਰਾਉਂ, ਮੁੰਡਾ ਕਹਿੰਦਾ ਬਾਪੂ ਰਹਿਣ ਦੇ, ਕਹਿੰਦਾ ਮੈਂ ਤੇ ਕਰਾਉਂ, ਆ ਗਿਆ ਏਦਾਂ ਬਹਿ ਗਿਆ, ਐਡੀ ਗੋਗੜ ਲੈ ਕੇ ਪੰਡਿਤ ਜੀ ਆ ਗਿਆ। ਹਾਂਜੀ, ਕਹਿੰਦੇ ਖਾਓ, ਲੱਗਿਆ ਖਾਣ, ਕਹਿੰਦੇ ਮੇਰੇ ਬਾਪੂ ਤੱਕ ਪਹੁੰਚੂ, ਕਹਿੰਦੇ ਪਹੁੰਚੂ, ਕਹਿੰਦੇ ਪੱਕੀ ਗਰੰਟੀ ਹੈ, ਕਹਿੰਦੇ ਏਦਾਂ ਹੀ ਲਿਖਿਆ ਵੀ ਜੋ ਭੇਜੋਗੇ ਪਹੁੰਚੂ, ਜਿੰਨਾ ਮਰਜ਼ੀ ਖਵਾ ਦਿਓ ਸਾਰਾ ਤੇਰੇ ਬਾਪੂ ਤੱਕ ਜਾਊ। ਉਹ ਜਦੋਂ ਐਂ ਰੱਖਤੀ ਥਾਲੀ, ਕਹਿੰਦੇ ਇੱਕ ਮਿੰਟ ਠਹਿਰ ਜਾ ਬਾਬਾ, ਇੱਕ ਮਿੰਟ ਖਾਣ ਤੋਂ ਪਹਿਲਾਂ ਖੜ ਜਾ, ਕਹਿੰਦੇ ਟੀਕਾ ਲੈ ਆਵਾਂ, ਮੇਰਾ ਬਾਪੂ ਸ਼ੂਗਰ ਸੀ, ਇਨਸੂਲੀਨ ਦਾ ਟੀਕਾ ਲਾ ਕੇ ਫਿਰ ਖਾਣਾ ਖਾਂਦਾ ਸੀ, ਉਹ ਕਹੂ ਵੀ ਰੋਟੀਆਂ ਭੇਜਤੀਆਂ, ਖੀਰ ਭੇਜਤੀ, ਟੀਕਾ ਭੇਜਿਆ ਹੀ ਨਹੀਂ, ਉਦੋਂ ਹੀ ਭੱਜ ਗਿਆ ਗਿਆ। ਹੁਣ ਸਾਡੇ ਵਾਲੇ ਹੱਸਦੇ ਆ, ਤੇ ਫਿਰ ਜਦੋਂ ਬਿਸਤਰਿਆਂ ਦੀਆਂ ਗੱਲਾਂ ਆਉਂਦੀਆਂ ਫਿਰ ਸਾਡੇ ਕੰਨੀ ਵੇਖ ਕੇ ਲੋਕੀ ਹੱਸਣਗੇ ਨਹੀਂ ਕੱਲ੍ਹ, ਸਾਡਾ ਧਰਮ ਮਜ਼ਾਕ ਨਹੀਂ ਬਣੂ, ਆਉਣ ਵਾਲੀਆਂ ਪੀੜ੍ਹੀਆਂ ਵਿੱਚ ਕਿੱਦਾਂ ਕਲੀਅਰ ਕਰੋਗੇ, ਅੱਜ ਤੋਂ 50 ਸਾਲਾਂ ਬਾਅਦ ਪੜ੍ਹੇ ਲਿਖੇ ਬੱਚਿਆਂ 'ਚ ਕਿੱਦਾਂ ਕਲੀਅਰ ਕਰੋਗੇ, ਮੰਜਾ ਗਿਆ ਕਿੱਧਰ, ਅਗਲਾ ਕੋਈ ਇੱਥੇ ਤੇ ਪਿਆ ਯਾਰ, ਗਿਆ ਕਿੱਥੇ, ਕਿਹੜਾ ਡਾਕਘਰ ਖੁੱਲਿਆ ਵੀ ਗਾਂ ਪਹੁੰਚੂ ਕਿਤੇ, ਫਿਰ ਸਾਡਾ ਮਜ਼ਾਕ ਬਣੂ ਕਿ ਨਹੀਂ, ਬੋਲੋ ਵੀਰੋ, ਕੀ ਗੁਰੂ ਨਾਨਕ ਨੇ ਇਹੋ ਜਿਹਾ ਧਰਮ ਚਲਾਇਆ ਜਿਹਦਾ ਹੱਸਣ ਲੋਕੀ ਜਿਹਦੇ ਕੰਨੀ ਦੇਖ ਦੇਖ ਕੇ, ਮਜ਼ਾਕ ਬਣਾਇਆ ਇੱਥੇ, ਅਗਲੇ ਸਾਰਾ ਪਰਿਵਾਰ ਕੁਰਬਾਨ ਹੋ ਗਿਆ, ਆਨੰਦਪੁਰ ਛੱਡਿਆ ਗਿਆ, ਨੀਹਾਂ 'ਚ ਨਿੱਕੇ ਨਿੱਕੇ ਖਿਲਾਰਤੇ, ਉਹਨਾਂ ਨੇ ਮਜ਼ਾਕ ਬਣਾਉਣ ਲਈ ਬਣਾਇਆ ਸੀ ਨਾ ਇਹ, ਆ ਲਹਿਰ ਮਜ਼ਾਕ ਵਾਸਤੇ ਹੈ, ਹੱਸਣ ਵਾਸਤੇ ਹੈ ਕਿਤੇ, ਸਾਡਾ ਧਰਮ ਹਾਸਾ ਹੈ ਕੋਈ ਹੈ, ਆ ਜਿਹੋ ਜਿਹੀਆਂ ਗੱਲਾਂ ਆਪਾਂ ਲੋਕਾਂ ਦੀਆਂ ਕਰ ਕਰ ਹੱਸਦੇ ਹਾਂ, ਅਗਲੇ ਕੱਲ੍ਹ ਨੂੰ ਸਾਡੇ ਕੰਨੀ ਵੇਖ ਕੇ ਵੀ ਹੱਸਣਗੇ, ਕਮਲੇ ਦੇ ਸਮਝਣਗੇ ਸਾਨੂੰ, ਇਹੋ ਜਿਹੇ ਨਾ ਬਣੀਏ, ਨਾ ਆਪਣਾ ਨਾਮ ਬਦਨਾਮ ਕਰੋ ਤੇ ਨਾ ਗੁਰੂ ਸਾਹਿਬ ਦਾ ਕਰੋ, ਗੁਰਬਾਣੀ ਪੜ੍ਹ ਕੇ ਵੇਖੋ, ਅਗਲਾ ਜਦੋਂ ਗੱਲ ਕਰੇ ਐਂ ਪੜ੍ਹ ਕੇ ਸੁਣਾਓ, ਵੇਖੋ ਬਾਣੀ 'ਚ ਕੀ ਲਿਖਿਆ, ਐਵੇਂ ਝੂਠ ਬੋਲਦੇ ਆ ਸਭ, ਮਰਨ ਤੋਂ ਬਾਅਦ ਕਿਧਰੇ ਕੱਖ ਨਹੀਂ ਜਾਂਦਾ,
ਐ ਸਿੱਧਾ ਠੋਕ ਕੇ ਗੱਲ ਕਰੋ ਅਗਲੇ ਨੂੰ ਪਤਾ ਲੱਗੇ ਕਿ ਸਿੱਖ ਸੋਚਦੇ ਕਿੱਦਾਂ ਆ ਪੜਿਆ ਲਿਖਿਆ ਨਿਆਣਾ ਕੱਲ ਨੂੰ ਗੋਰਿਆਂ 'ਚ ਜਾਵੇ ਕੈਨੇਡਾ ਜਾਵੇ ਆਸਟ੍ਰੇਲੀਆ ਜਾਵੇ ਪੜੇ ਲਿਖਿਆਂ 'ਚ ਗੱਲ ਕਰੇ ਸਾਡੇ ਗੁਰੂ ਗ੍ਰੰਥ ਸਾਹਿਬ 'ਚ ਇਦਾਂ ਲਿਖਿਆ ਭਾਈ ਅਸੀਂ ਐ ਨਹੀਂ ਮੰਨਦੇ ਅਗਲੇ ਦਾ ਮੂੰਹ ਵੱਡਿਆ ਰਹਿ ਜੇ ਵੇਖ ਕੇ ਗੋਰਿਆਂ ਦਾ ਇਹੋ ਜਿਹੇ ਵੀ ਹੈਗੇ ਸੀ ਤੁਸੀਂ 500 ਸਾਲ ਪਹਿਲਾਂ ਭਾਰਤ ਦੇ ਵਿੱਚ ਇੱਕ ਬਾਬਾ ਨਾਨਕ ਵੀ ਸੀ ਇਹੋ ਜਿਹਾ ਕਬੀਰ ਹੋਇਆ ਇੱਥੇ ਇਹੋ ਜਿਹਾ ਭਗਤ ਰਵਿਦਾਸ ਜੀ ਇਦਾਂ ਦੀ ਗੱਲ ਕਰਦੇ ਸੀ ਸਾਨੂੰ ਤੁਸੀਂ ਦੱਸਿਓ ਹੀ ਨਹੀਂ ਸਾਨੂੰ ਸਮਝਾਇਆ ਹੀ ਨਹੀਂ ਅੱਖਾਂ ਖੁੱਲੀਆਂ ਵਾਲੇ ਸੀ ਸਾਰੇ ਦੇ ਸਾਰੇ ਉਹ 35 ਸੁੱਤੇ ਪਏ ਨਹੀਂ ਸੀ ਅੱਖਾਂ ਖੁੱਲੀਆਂ ਵਾਲੇ ਸੀ ਤੇ ਸਾਡੀਆਂ ਅੱਖਾਂ ਵੀ ਖੋਲ ਕੇ ਗਏ ਐ ਕਮਲਾ ਜਿਹਾ ਨਾ ਝੁੱਡੂ ਜਿਹਾ ਬਣ ਕੇ ਬੈਠਾ ਰਹੀ ਬੁੱਧੂ ਜਿਹਾ ਬਣ ਕੇ ਬੈਠਾ ਰਹੀ ਅੱਖ ਖੋਲ ਕੇ ਜ਼ਮਾਨੇ ਨੂੰ ਵੇਖ ਦੁਨੀਆ ਨੂੰ ਵੇਖ ਆਲੇ ਦੁਆਲੇ ਨੂੰ ਵੇਖ ਅੱਖਾਂ ਖੋਲ ਕੇ ਕਿਤੇ ਐਵੇਂ ਲੁੱਟਿਆ ਜਾਵੇ ਕਮਲਾ ਜਿਹਾ ਬਣਿਆ ਰਵੇ ਕਿਤੇ ਤੇ ਮੈਨੂੰ ਪੱਕਾ ਪਤਾ ਹੈ ਉਹ ਭਰਾਵੋ ਤੁਸੀਂ ਨਾ ਆਲੂ ਖਰੀਦਣ ਵਰਗੇ ਵਾਰੀ ਦੀ ਐ ਪਰਖ ਪਰਖ ਕੇ ਵੇਖਦੇ ਹੋ ਜ਼ਮੀਨਾਂ ਖਰੀਦਣੀਆਂ ਤੇ ਵੱਡੀ ਗੱਲ ਹੈ ਕੱਲੀ ਕੱਲੀ ਚੀਜ਼ ਪਰਖਦੇ ਹੋ ਪਰ ਧਰਮ ਵਾਲੇ ਪਾਸੇ ਸੁੱਤੇ ਪਏ ਹੋ ਧਰਮ ਵਾਲੇ ਪਾਸੇ ਜਮਾਂ ਹੀ ਸੁੱਤੇ ਪਏ ਹੋ ਅੱਖ ਖੋਲ ਕੇ ਇੱਥੇ ਨਹੀਂ ਵੇਂਦੇ ਤੁਸੀਂ ਅਗਲਾ ਕਹਿ ਦੇ ਇਸ ਜਨਮ ਦੇ ਵਿੱਚ ਦੇ ਦੇ ਭਾਈ ਪੈਸਾ ਤੇ ਅਗਲੇ ਜਨਮ ਵਿੱਚ ਰਜਿਸਟਰੀ ਕਰਾ ਦਾਂਗੇ ਆਪਾਂ ਕਹਾਂਗੇ ਬੁੱਧੂ ਸਮਝਦਾ ਹੈ ਐਦਕੀ ਦਈਏ ਪੈਸਾ ਤੇ ਅਗਲੇ ਜਨਮ 'ਚ ਰਜਿਸਟਰੀ ਤੂੰ ਮੈਨੂੰ ਪਾਗਲ ਸਮਝਦਾ ਹੈ ਤੇ ਮੇਰੇ ਵਰਗਾ ਬੰਦਾ ਸਟੇਜ ਤੇ ਕਹਿੰਦਾ 10 ਗੁਣਾ ਫਲ ਇੱਥੇ ਮਿਲੂ 70 ਗੁਣਾ ਅੱਗੇ ਜਾ ਕੇ ਮਿਲੂ ਕਹਿੰਦੇ ਦੇ ਦੋ ਲੱਖ ਰੁਪਈਆ ਉਦੋਂ ਕਿਉਂ ਨਹੀਂ ਕਹਿੰਦਾ ਬੁੱਧੂ ਸਮਝਦਾ ਮੈਨੂੰ ਕਿੱਥੇ ਮਿਲੂ ਕੀ ਅੱਗੇ ਕੀ ਗੁਰਬਾਣੀ ਇਹਨਾਂ ਗੱਲਾਂ ਨੂੰ ਮੰਨਦੀ ਹੈ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ ਹਮ ਕਾਹੂ ਕੀ ਕਾਨ ਨਾ ਕੜਤੇ ਆਪਣੇ ਗੁਰ ਪ੍ਰਸਾਦੇ ਗੁਰਬਾਣੀ 'ਚ ਕਿੱਥੇ ਇਹਨਾਂ ਗੱਲਾਂ ਨੂੰ ਮਾਨਤਾ ਦਿੱਤੀ ਗਈ ਹੈ ਪਰ ਇਹਨਾਂ ਨੇ ਸਾਡੇ ਦਿਮਾਗ 'ਚ ਵਾੜਤਾ ਸਾਰਾ ਕੁਝ ਵੀ ਨਹੀਂ ਕਿਉਂਕਿ ਧੰਦਾ ਚਲਾਉਣਾ ਵੀਰੋ ਅਗਲਾ ਧੋਤੀ ਬੋਦੀ ਰੱਖ ਕੇ ਧੰਦਾ ਚਲਾਉਂਦਾ ਹੈ ਸਾਡੇ ਵਾਲਿਆਂ ਨੇ ਪੱਗ ਬੰਨ ਕੇ ਧੰਦਾ ਚਲਾਉਣਾ ਧੰਦਾ ਤੇ ਪੂਰਾ ਕਰਨਾ ਹੈ ਇੱਕ ਲੌਬੀ ਹੈ ਜਿਹੜੀ ਖੁਦ ਕਮਾਈ ਨਹੀਂ ਕਰਨਾ ਚਾਹੁੰਦੀ ਲੋਕਾਂ ਦੀ ਕਮਾਈ ਤੇ ਐਸ਼ ਕਰਨਾ ਚਾਹੁੰਦੀ ਹੈ ਇੱਕ ਲੌਬੀ ਹੈ ਉਹਨਾਂ ਨੇ ਕਦੇ ਸੱਚ ਨਹੀਂ ਦੱਸਣਾ ਕਦੇ ਉਹਨਾਂ ਨੇ ਸਹੀ ਗੱਲ ਨਹੀਂ ਦੱਸਣੀ ਉਹਨਾਂ ਦੇ ਧੰਦੇ ਤੇ ਉਹਨਾਂ ਦੇ ਢਿੱਡ ਤੇ ਲੱਤ ਵੱਜਦੀ ਉਦੋਂ ਪ੍ਰੋਬਲਮ ਹੋਣੀ ਹੈ ਫਿਰ ਤੁਹਾਡੇ ਸਾਡੇ ਸਮਝ 'ਚ ਪੈਣਾ ਹੈ ਅੱਛਾ ਜੀ ਤਾਂ ਬੈਠੇ ਸੀ ਗੁਰੂ ਅਰਜਨ ਦੇਵ ਜੀ ਤਵੀ ਤੇ ਤਾਂ ਦੇਗ 'ਚੋਂ ਬਾਲਤਾ ਸੀ ਅਗਲਿਆਂ ਨੇ ਆਹ ਕੁਝ ਕਰਕੇ ਅੱਛਾ ਤਾਂ ਸੀ ਹਾਂ ਤਾਂ ਸੀ ਆ ਸ਼ਬਦ ਤੈਨੂੰ ਮਿਲ ਸਕਣਾ ਤੇਰੀ ਸੋਚ ਤੈਨੂੰ ਮਿਲ ਸਕੇ ਆ ਗੁਰੂ ਗ੍ਰੰਥ ਸਾਹਿਬ ਤੈਨੂੰ ਮਿਲ ਸਕਣ ਇਹ ਤਾਂ ਕਰਕੇ ਗਏ ਆ ਸਾਰਾ ਕੁਝ ਮੈਂ ਤੇ ਫਿਰ ਪੜ੍ਹ ਕੇ ਨਹੀਂ ਵੇਖਿਆ ਅਗਲਾ ਗਿਫਟ ਦੇ ਗਿਆ ਆਪਣਾ ਆਪ ਵਾਰ ਕੇ ਤੈਨੂੰ ਗਿਫਟ ਖਰੀਦ ਕੇ ਦੇ ਕੇ ਗਿਆ ਤੈਂ ਖੋਲ ਕੇ ਵੇਖੀ ਨਹੀਂ ਪੜ੍ਹਦਾ ਤੇ ਵੇਖਦਾ ਤੇ ਸਹੀ ਪੜ੍ਹ ਕੇ ਤੇ ਵੇਖਦਾ ਲਿਖਿਆ ਕੀ ਸੀ ਵਿੱਚ ਆ ਸਾਰਾ ਸ਼ਬਦ ਇੱਕ ਵਾਰ ਸੁਣ ਲਓ ਭੁਲੇਖਾ ਨਾ ਰਵੇ ਕੋਈ ਸੁਣੋ ਜੀਵਤ ਪਿੱਤਰ ਨਾ ਮਾਨੇ ਕੋਈ ਜੀਵਤ ਪਿੱਤਰ ਨਾ ਮਾਨੇ ਕੋ ਮੂਏ ਸਿਰਾਦ ਕਰਾਹੀ ਪਿੱਤਰ ਵੀ ਬਪਰੇ ਕਹੋ ਕਿਉਂ ਪਾਵੇ ਕਉਆ ਕੁਕਰ ਖਾਹੀ ਮੋਕੋ ਕੁਸਲ ਬਤਾਵੋ ਕੋਈ ਕੁਸਲ ਕੁਸਲ ਕਰਦੇ ਜਗ ਬਿਨਸੇ ਕੁਸਲ ਵੀ ਕੈਸੇ ਹੋਈ ਮਾਟੀ ਕੇ ਕਰ ਦੇਵੀ ਦੇਵਾ ਇਸ ਅੱਗੇ ਜਿਉਂ ਦੇਹੀ ਐਸੇ ਪਿੱਤਰ ਤੁਮਾਰੇ ਕਹੀਏ ਆਪਣ ਕਹਿਆ ਨਾ ਲੇਹੀ ਸਰ ਜਿਉਂ ਕਾਟੇ ਨਿਰ ਜਿਉਂ ਪੂਜੇ ਅੰਤ ਕਾਲ ਕੋ ਭਾਰੀ ਰਾਮ ਨਾਮ ਕੀ ਗਤ ਨਹੀਂ ਜਾਨੀ ਭੈ ਡੂਬੇ ਸੰਸਾਰੀ ਦੇਵੀ ਦੇਵਾ ਪੂਜੇ ਡੋਲੇ ਪਾਰ ਬ੍ਰਹਮ ਨਹੀਂ ਜਾਨਾ ਕਹਿਤ ਕਬੀਰ ਅਕੁਲ ਨਹੀਂ ਚੇਤਿਆ ਵਿਖਿਆ ਸਿਉਂ ਲਪਟਾਨਾ ਮਾਇਆ 'ਚ ਕਹਿੰਦੇ ਜ਼ਹਿਰ ਦੇ ਵਿੱਚ ਹੀ ਲਿਪਟਿਆ ਅੰਮ੍ਰਿਤ ਗਿਆਨ ਤੇ ਲਿਆ ਹੀ ਨਹੀਂ ਬੇਅਕਲੀ 'ਚ ਹੀ ਰਿਹਾ ਕਹਿੰਦੇ ਬੇਅਕਲੀ ਰਿਹਾ ਸਾਰੀ ਜ਼ਿੰਦਗੀ ਅਕਲ ਨਹੀਂ ਲਈ ਤੇ ਮੈਨੂੰ ਲੱਗਦਾ ਅਕਲਾਂ ਵਾਲਿਆਂ ਦੇ ਤੇ ਅਸੀਂ ਵੈਰੀ ਹਾਂ ਸਿੱਖ ਕੌਮ ਅਜੇ ਇੰਨੀ ਕੁ ਸੀ ਸਿਆਣੇ ਨਹੀਂ ਹੋਏ ਅਕਲ ਵਾਲਾ ਤੇ ਸਾਨੂੰ ਬੈਰੀ ਲੱਗਦਾ ਆਪਣਾ
ਇਹਦੇ ਡਾਂਗਾ ਲੈ ਕੇ ਮਗਰ ਪੈ ਜਾਂਦੇ ਅਕਲ ਕੌਣ ਦੇ ਜੇ ਸਾਨੂੰ ਇੱਥੇ ਸਮਝਾ ਕਿਹੜਾ ਜਾਵੇ ਸਾਡੇ ਅਸੀਂ ਤੇ ਸਿਆਣੇ ਬਹੁਤ ਹਾਂ